ਚੜ੍ਹਨ ਵਾਲਾ ਹੈ। ਕੱਲ ਨੂੰ ਜਾਣਗੀਆਂ ਸੱਜੇ ਪਾਸੇ ਧਰਤੀ ਫਲ ਲੈਣਗੀਆਂ, ਅਸੀਂ ਕੀ ਕਰਾਂਗੇ, ਕਿਵੇਂ ਮੁਕਾਬਲੇ। ਤਾਂ ਹਮੇਸ਼ਾ ਹਰ ਕੋਈ, ਚਾਹੇ ਸਿੱਖ ਹੈ ਚਾਹੇ ਗੈਰ ਸਿੱਖ ਹੈ, ਪੂਰੇ ਕਹਿ ਲਓ ਵੀ ਦੁਨੀਆ ਭਰ 'ਚੋਂ ਇੱਥੇ ਜਿਹੜੇ ਲੋਕ ਨੇ ਸਿਰ ਚੁਕਾਉਣ ਲਈ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ। ਸੋ ਅਸੀਂ ਵੀ ਜਦੋਂ ਵੀ ਕਿਤੇ ਅੰਮ੍ਰਿਤਸਰ ਆਉਣ ਦਾ ਮੌਕਾ ਜਿਹੜਾ ਉਹ ਲੱਗਦਾ ਤਾਂ ਹਮੇਸ਼ਾ ਹੀ ਦਰਸ਼ਨ ਕਰਨ ਲਈ ਪਹੁੰਚਦੇ ਹਾਂ। ਸੋ ਅੱਜ ਹੀ ਪਹੁੰਚੇ ਹਾਂ। ਜਿਹੜਾ ਅੰਮ੍ਰਿਤਸਰ ਆਉਣ ਦਾ ਜਿਹੜਾ ਸਰਕਾਰੀ ਤੌਰ 'ਤੇ ਜਿਹੜਾ ਪ੍ਰੋਗਰਾਮ ਸੀ ਉਹ ਸੀ, ਕਿਉਂਕਿ ਬਤੌਰ ਮੈਂ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਦਾ ਇੰਚਾਰਜ ਹਾਂ, ਸੋ ਡਿਸਟ੍ਰਿਕਟ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਜਿਹੜੀ ਰਿਵਿਊ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਸੀ। ਸਾਡੇ ਮੰਤਰੀ ਕੁਲਦੀਪ ਧਾਲੀਵਾਲ ਜੀ ਵੀ, ਸਾਡੇ MLA ਸਾਹਿਬਾਨ ਵੀ ਉਹਦੇ ਵਿੱਚ ਪਹੁੰਚੇ ਸੀਗੇ ਅਤੇ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨ। ਸੋ ਜਿਹੜੇ ਜਿਹੜੇ ਮਹਿਕਮੇ ਦੇ ਕੰਮ ਚੱਲ ਰਹੇ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ। ਖਾਸ ਤੌਰ 'ਤੇ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ, ਖਾਸ ਤੌਰ 'ਤੇ ਜਿਹੜਾ ਇਹ ਦਰਬਾਰ ਸਾਹਿਬ ਵਾਲਾ ਜਿਹੜਾ ਏਰੀਆ, ਇਹਦੇ 'ਚ ਜਿਹੜਾ ਸਫਾਈ ਨੂੰ ਲੈ ਕੇ ਜਿਹੜਾ ਧਿਆਨ ਹੈ ਬਹੁਤੇ ਕੇਂਦਰਿਤ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਕੀਤਾ ਕਿ 2-3 ਜਿਹੜੇ ਵਾਰਡ ਹੈ ਉਹਨਾਂ ਨੂੰ ਪਾਇਲਟ ਤੌਰ 'ਤੇ ਜਿਹੜਾ ਪ੍ਰੋਜੈਕਟ ਬਣਾ ਕੇ ਜਿਹੜਾ ਇਹ ਕੀਤਾ ਜਾਵੇ ਕਿ ਉਹਨਾਂ ਦੇ ਵਿੱਚ ਜਿਹੜੀ 100% ਜਿਹੜੀ ਕੂੜੇ ਦੀ ਸੈਗਰੀਗੇਸ਼ਨ ਅਤੇ ਕਿਤੇ ਵੀ ਕੋਈ ਡੰਪ ਨਾ ਹੋਵੇ ਕਿ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਆਉਣ ਕੂੜੇ ਨੂੰ ਜਿਹੜਾ ਚੱਕ ਕੇ ਲੈ ਕੇ ਜਾਣ। ਸੋ ਇਹਦੇ 'ਤੇ ਅੱਜ ਜਿਹੜੀ ਮੀਟਿੰਗ ਹੈ ਜਿਹੜੀ ਆ ਹੋਊਗੀ ਅਤੇ ਬੜੀ ਜਲਦੀ ਇਹ ਵੀ ਜਿਹੜੇ ਅੱਜ ਫੈਸਲੇ ਲਏ ਗਏ ਇਹਨਾਂ ਨੂੰ ਰਿਵਿਊ ਕਰ ਲਈ ਜਿਹੜੀ ਮੀਟਿੰਗ ਆਉਣ ਵਾਲੇ ਸਮੇਂ ਜਿਹੜੀ ਆ ਉਹ ਰੱਖੀ ਜਾਊਗੀ। ਸਰ, ਸਾਲ 2024 ਦਾ ਆਗਾਜ਼ ਹੋ ਚੁੱਕਿਆ ਬਤੌਰ ਸਾਡੇ ਕੋਲ ਖੇਡ ਸਪੋਰਟ ਡਿਪਾਰਟਮੈਂਟ ਹੈ, ਤਾਂ ਕੀ ਨਵੀਆਂ ਕੋਈ ਨੀਤੀਆਂ ਆ ਰਹੀਆਂ ਨੇ ਖਿਡਾਰੀਆਂ ਨੂੰ ਲੈ ਕੇ, ਜਿਸ ਤਰ੍ਹਾਂ ਕਿ ਉੱਧਰ ਯੂਨੀਵਰਸਿਟੀ ਦੇ ਵਿੱਚ ਵੀ ਮਾਤਾ ਟਰਾਫੀ ਦੌਰਾਨ ਵੀ ਕਈ ਖਿਡਾਰੀਆਂ ਨੇ ਜਾਂ ਉੱਥੋਂ ਦੇ ਜੋ ਸੰਬੰਧਿਤ ਅਧਿਕਾਰੀ ਉਹਨਾਂ ਨੇ ਵੀ ਕਿਹਾ ਕਿ ਕਈ ਲੋੜੀਂਦੀਆਂ ਚੀਜ਼ਾਂ ਹਜੇ ਵੀ ਜ਼ਰੂਰਤ ਹੈ। ਦੇਖੋ, ਪਿਛਲੇ 2 ਸਾਲ 'ਚ ਜਿੱਥੇ ਵੱਖ ਵੱਖ ਮਹਿਕਮਿਆਂ 'ਚ ਸਰਕਾਰ ਨੇ ਕੰਮ ਕੀਤਾ ਉੱਥੇ ਮੈਂ ਸਮਝਦਾ ਕਿ ਖੇਡ ਡਿਪਾਰਟਮੈਂਟ 'ਚ ਇੰਨਾ ਕੰਮ ਮੈਨੂੰ ਲੱਗਦਾ ਵੀ ਪਿਛਲੇ 25-30 ਸਾਲ 'ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ 'ਚ ਹੋਇਆ। ਕਿਉਂਕਿ ਖੇਡ ਡਿਪਾਰਟਮੈਂਟ ਇੱਦਾਂ ਦਾ ਵੀ ਇਹਦੇ 'ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਆ ਪੈਦਾ ਹੋ ਸਕਦੇ, ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਅਤੇ ਜਿਹੜੇ ਖਿਡਾਰੀ ਸਾਡੇ ਮੈਡਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ, ਉਹਨਾਂ ਦਾ ਮਾਣ ਸਨਮਾਨ ਅਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ, ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ, ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ। ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਏਸ਼ੀਅਨ ਗੇਮਸ ਵਾਲੇ ਖਿਡਾਰੀ ਹੈ ਉਹਨਾਂ ਨੂੰ CM ਸਾਹਿਬ ਨੇ ਬੁਲਾ ਕੇ ਕੈਸ਼ ਵੰਡ ਦਿੱਤਾ। ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵੰਡ ਦਿੱਤੇ ਅਤੇ ਪਹਿਲੀ ਵਾਰ ਹੈ ਕਿ ਕਿਸੇ CM ਨੇ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਬੁਲਾ ਕੇ ਜਿਹੜਾ ਮਾਣ ਸਨਮਾਨ ਹੈ ਉਹ ਕੀਤਾ ਹੋਵੇ। ਬਾਕੀ ਨਵੀਂ ਪਾਲਿਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਹੈ ਗੇਮਸ ਦੇ ਅਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਹੈ ਉਹਨਾਂ ਦੀ ਨੌਕਰੀ ਦੀ ਗਰੰਟੀ ਹੈ। ਅਸੀਂ ਵਿਦ ਇਨ ਸਪੋਰਟਸ ਡਿਪਾਰਟਮੈਂਟ 500 ਪੋਸਟਾਂ ਕ੍ਰੀਏਟ ਕੀਤੀਆਂ ਨੇ। ਅੱਜ ਕੋਈ ਵੀ ਖਿਡਾਰੀ ਹੁਣ ਮੂਹਰੇ ਓਲੰਪਿਕ ਆਉਣੀ ਹੈ, ਏਸ਼ੀਅਨ ਖੇਡਾਂ ਲੰਘ ਕੇ ਗਈਆਂ ਜਾਂ ਕੋਈ ਕਾਮਨਵੈਲਥ ਆ ਰਹੀ ਹੈ, ਹਰ ਗੇਮ ਦੇ ਵਿੱਚ ਅੱਜ ਜਿਹੜਾ ਖਿਡਾਰੀ ਜਾ ਰਿਹਾ ਉਹਨੂੰ ਇੱਥੋਂ ਤਿਆਰੀ ਕਰਦੇ ਨੂੰ ਪਤਾ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ, ਜੇ ਮੈਂ ਗੋਲਡ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ, 100% ਗਰੰਟੀ ਹੈ। ਨਹੀਂ, ਆਮ ਤੌਰ 'ਤੇ ਹੁੰਦਾ ਸੀ ਵੀ ਜੇ ਤਾਂ ਇਲੈਕਸ਼ਨ ਹੈ ਤਾਂ ਨੌਕਰੀ ਵੀ ਦੇ ਦਿਓ, ਕੈਸ਼ ਵਾਰਡ ਵੀ ਦੇ ਦਿਓ, ਜੇ ਇਲੈਕਸ਼ਨ ਈਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਵਾਰਡ। ਸੋ ਅੱਜ ਜਿਹੜੀ ਪਾਲਿਸੀ ਬਣਾਈ ਆ ਉਹਦਾ ਫਾਇਦਾ ਇਹ ਹੈ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਿਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਅਤੇ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ। ਏਸ਼ੀਅਨ ਖੇਡਾਂ ਲਈ ਖਿਡਾਰੀ ਗਏ, ਅਸੀਂ 8-8 ਲੱਖ ਰੁਪਈਆ ਤਿਆਰੀ ਲਈ ਦਿੱਤਾ, ਚਲੋ ਜਿੱਤ ਕੇ ਆਉਣ ਨੂੰ ਤਾਂ ਮੈਡਲ ਦੇਣੇ ਹੀ ਆ। ਹੁਣ ਜਿਵੇਂ ਓਲੰਪਿਕ ਲਈ ਜਿਹੜੇ ਖਿਡਾਰੀ ਪਾਰਟੀਸਪੇਟ ਕੀਤੇ ਆ ਸਾਰਿਆਂ ਨੂੰ ਸਰਕਾਰ ਜਿਹੜਾ 15-15 ਲੱਖ ਰੁਪਈਆ ਤਿਆਰੀ ਲਈ ਜਿਹੜਾ ਉਹ ਦੇ ਰਹੀ ਹੈ,
ਉਹਦੇ ਨਾਲ ਖਿਡਾਰੀਆਂ ਨੂੰ ਜਿਹੜਾ ਹੌਸਲਾ ਮਿਲਦਾ ਅਤੇ ਜਿਹੜੀਆਂ ਕੋਈ ਉਹਨਾਂ ਦੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਕੋਈ ਉਹਨਾਂ ਨੇ ਇਕਿਪਮੈਂਟ ਖਰੀਦਣਾ ਉਹ ਵੀ ਜਿਹੜਾ ਖਿਡਾਰੀ ਜਿਹੜਾ ਉਹ ਖਰੀਦ ਜਿਹੜਾ ਉਹ ਸਕਦਾ। ਬਾਕੀ ਆਉਣ ਵਾਲੇ ਸਮੇਂ 'ਚ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀਆਂ, ਜਿੱਥੇ ਅਸੀਂ ਕੋਚ ਵੀ ਰੱਖਾਂਗੇ, ਜਿੱਥੇ ਅਸੀਂ ਜਿਹੜਾ ਬੱਚਿਆਂ ਨੂੰ ਹਰ ਨਰਸਰੀ ਦੇ ਵਿੱਚ 60 ਬੱਚਿਆਂ ਨੂੰ ਜਿਹੜੀ ਡਾਇਟ ਦੇਵਾਂਗੇ, ਉੱਥੇ ਜਿਹੜਾ ਕੋਈ ਗਰਾਊਂਡ ਹੈ ਉਹਦੇ ਅਪਗ੍ਰੇਡ ਕੋਈ ਕਰਨਾ ਉਹਦੇ ਲਈ ਵੀ ਜਿਹੜਾ ਅਸੀਂ ਜਿੰਨੇ ਪੈਸੇ ਵੀ ਲੱਗਣਗੇ ਉਹ ਦੇਵਾਂਗੇ। ਸੋ ਇਹ ਮੈਨੂੰ ਲੱਗਦਾ ਵੀ ਨਰਸਰੀ ਦਾ ਜਿਹੜਾ ਕਨਸੈਪਟ ਹੈ ਇੱਕ ਗਰਾਊਂਡ 'ਤੇ ਵੱਡੀ ਚੇਂਜ ਜਿਹੜੀ ਹੈ ਉਹ ਲੈ ਕੇ ਆਊਗਾ, ਕਿਉਂਕਿ ਉਹ ਵੀ ਕੋਈ ਇਹ ਨਹੀਂ ਵੀ ਅਸੀਂ ਰੈਂਡਮਲੀ ਵੀ ਜਿੱਥੋਂ ਸਿਫਾਰਿਸ਼ ਆ ਗਈ ਕਿਸੇ MLA ਨੇ ਕਹਿਤਾ ਉੱਥੇ ਦੇਤੀ। ਉਹਦੇ ਲਈ ਵੀ ਜਿਹੜੇ ਏਰੀਏ 'ਚ ਜਿਹੜੀ ਗੇਮ ਪਾਪੂਲਰ ਆ, ਜੋ ਮੰਨ ਲਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਵਿੱਚ ਵਾਲੀਬਾਲ ਚੱਲਦੀ ਹੈ ਤਾਂ ਅਸੀਂ ਉੱਥੇ ਵਾਲੀਬਾਲ ਦੀ ਨਰਸਰੀ ਦੇਵਾਂਗੇ। ਚੱਕਰ ਪਿੰਡ ਹੈ ਉੱਥੇ ਜਿਵੇਂ ਬੋਕਸਿੰਗ ਚੱਲਦੀ ਹੈ ਤਾਂ ਉੱਥੇ ਬੋਕਸਿੰਗ ਦੀ ਨਰਸਰੀ ਅਸੀਂ ਦੇ ਰਹੇ ਹਾਂ। ਕਿਸੇ ਪਿੰਡ 'ਚ ਬਾਸਕਟਬਾਲ ਚੱਲਦੀ ਅਤੇ ਬਾਸਕਟਬਾਲ, ਮਤਲਬ ਕਿ ਜਿਹੜੇ ਏਰੀਏ ਜਿਹੜਾ ਕਲਚਰ ਬਣਿਆ ਹੋਇਆ ਉੱਥੇ ਹੀ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਆਉਣ ਉਹੀ ਖੇਡ ਖੇਡਣ ਅਤੇ ਉਸੇ ਖੇਡ ਦਾ ਉੱਥੇ ਕੋਚ ਸਾਰੇ ਉੱਥੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਗਰਾਊਂਡ ਅਤੇ ਜਿਹੜੀ ਪ੍ਰੋਪਰ ਬੱਚਿਆਂ ਨੂੰ ਜਿਹੜੀ ਡਾਇਟ ਹੈ ਉਹ ਦਿੱਤੀ ਜਾਊਗੀ। ਕਾਂਗਰਸ ਗਠਬੰਧਨ ਨੂੰ ਕਿਹਾ ਦੇ ਰਿਹਾ? ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਉਦੇਸ਼ ਹੈ ਕਿ 13 ਦੀਆਂ 13 ਸੀਟਾਂ ਦੀ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ ਸੋਰਸ 13 ਦੇ 13 ਸੀਟਾਂ 'ਤੇ ਆਮ ਆਦਮੀ ਪਾਰਟੀ ਜਿਹੜੀ ਤਿਆਰੀ ਹੈ ਪੰਜਾਬ 'ਚ ਕਰ ਰਹੀ ਹੈ।